हेलो हेलो भाई हेलो भाई ਪਰਸੋਂ ਮੇਰੇ ਕੋਲ ਕਿਸੇ ਮਿਲਣ ਵਾਲੇ ਦਾ ਕਿਸੇ ਦਾ ਫੋਨ ਆਇਆ ਸੀਗਾ ਜੀ ਵੀ ਇੱਥੇ ਕੁਛ ਸ਼ਰਾਰਤੀ ਅਨਸਰ ਫਿਰਦੇ ਨੇ ਵੀ ਹੋ ਸਕਦਾ ਸ਼ਾਇਦ ਕੋਈ ਗਲਤ ਹਰਕਤ ਨਾ ਹੋ ਜਾਵੇ ਅਤੇ ਅਸੀਂ ਉੱਥੇ ਮੌਕੇ 'ਤੇ ਪਹੁੰਚੇ ਵੀ ਸੀਗੇ ਜੀ ਉੱਥੇ ਉਹਨਾਂ ਰੱਸੀ ਰੱਸੀ ਵਗੈਰਾ ਪਈ ਸੀਗੀ ਰੱਸੀ ਸਾਡੇ ਕੋਲ ਹਾਜ਼ਰ ਵੀ ਪਈ ਹੈ ਅਸੀਂ ਇੱਥੋਂ ਚੱਕੀ ਹੈ ਮੌਕੇ ਦੇ ਉੱਤੋਂ ਹੁਣ ਸਰ ਉੱਥੇ ਗਊਆਂ ਦੇ ਸ਼ਬ ਮਿਲੇ ਜੀ ਗਊਆਂ ਦਾ ਸਿਰ ਕਟਿਆ ਹੋਇਆ ਸੀਗਾ ਜੀ ਟੱਕਾਂ ਟੰਗਾ ਟੋੜੀਆਂ ਹੋਈਆਂ ਸੀਗੀਆਂ ਟੁੱਟੀਆਂ ਹੋਈਆਂ ਸੀਗੀਆਂ ਅਤੇ ਉੱਥੋਂ ਅਸੀਂ ਚੱਕ ਕੇ ਉਰੇ ਟਰੱਕ ਇਹਨਾਂ ਅਸੀਂ ਲੈ ਕੇ ਆਤਾ ਲੈਣ ਤੋਂ ਬਾਅਦ ਅਸੀਂ ਉਸਦੇ ਪ੍ਰੋਟੈਸਟ ਕਰ ਰਹੇ ਹਾਂ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲੂਗਾ ਜਦ ਤੱਕ ਅਸੀਂ ਉਹਦਾ ਧਰਨਾ ਨਹੀਂ ਖਤਮ ਕਰਨਾ ਸਾਨੂੰ ਤਾਂ ਪੁਲਿਸ ਵਾਲਿਆਂ ਪਹਿਲਾਂ ਵੀ ਦੇਖੋ ਜੀ ਪਹਿਲਾਂ ਵੀ ਇੰਨਾ ਕੁਛ ਹੋਇਆ ਅਤੇ ਪੁਲਿਸ ਵਾਲਿਆਂ ਪਹਿਲਾਂ ਵੀ ਆਸ਼ਵਾਸਨ ਬਹੁਤ ਦਿੱਤਾ ਐੱਫ ਆਈ ਆਰ ਦਰਜ ਹੋਈਆਂ ਨੇ ਪਰ ਕੁਛ ਨਹੀਂ ਹੋਇਆ ਉਸ ਚੀਜ਼ ਦੇ ਉੱਤੇ ਅਤੇ ਅਸੀਂ ਉਹਨਾਂ ਹੁਣ ਅਸੀਂ ਵੀ ਉਹਨਾਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਵੀ ਸਾਨੂੰ ਆਸ਼ਵਾਸਨ ਤਾਂ ਸਾਨੂੰ ਇਕੱਲੇ ਆਸ਼ਵਾਸਨ ਦੀ ਲੋੜ ਨਹੀਂ ਸਾਨੂੰ ਕਾਰਵਾਈ ਚਾਹੀਦੀ ਹੈ ਜਦੋਂ ਦਾ ਲੋਕਡਾਊਨ ਲੱਗਿਆ ਇਹ ਅੱਜ ਮਰੇ ਕੋਲ 5ਵਾਂ ਕੇਸ ਹੈ ਮਰੇ ਕੋਲ ਤਾਂ ਹੈ ਅਸੀਂ ਪ੍ਰਸ਼ਾਸਨ ਨੂੰ ਇੱਕ ਵਾਰ ਨਹੀਂ ਹਜ਼ਾਰ ਬਾਰੇ ਗੱਲ ਕਹਿ ਚੁੱਕੇ ਹਾਂ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਇਹਦੇ ਵੱਲ ਕੈਮਰੇ ਲੱਗੇ ਹੋਏ ਨੇ ਇੱਥੇ ਤਾਂ ਕੈਮਰਿਆਂ ਨੂੰ ਅਸੀਂ ਕੀ ਕਰਾਂਗੇ ਪ੍ਰਸ਼ਾਸਨ ਨੇ ਦੇਖਣਾ ਕੈਮਰੇ ਤਾਂ ਦੇਖਣਾ ਨਹੀਂ ਕੈਮਰੇ ਇਹ ਇਹ ਪ੍ਰਸ਼ਾਸਨ ਦੇਖੂਗਾ ਸਾਨੂੰ ਨਹੀਂ ਪਤਾ ਕੈਮਰੇ ਬਾਰੇ ਹੁਣ ਕੀ ਕਰ ਰਹੇ ਹੋ ਤੁਸੀਂ ਅਸੀਂ ਤਾਂ ਦੇਖੋ ਧਰਨੇ 'ਤੇ ਬੈਠੇ ਹਾਂ ਜਿੰਨੀ ਦੇਰ ਕਾਰਵਾਈ ਨਹੀਂ ਕਰਦੀ ਪ੍ਰਸ਼ਾਸਨ ਅਸੀਂ ਉੱਨੀ ਦੇਰ ਬੈਠੇ ਹਾਂ ਧਰਨੇ ਦੇ ਉੱਪਰ ਰੋਸ਼ ਪੂਰਾ ਜੀ ਪ੍ਰਸ਼ਾਸਨ ਨੂੰ ਦੱਸਣ ਦੇ ਬਾਵਜੂਦ ਇਤਲਾਹ ਕਰਨ ਦੇ ਬਾਵਜੂਦ ਵੀ ਇਹ ਕੰਮ ਹੋ ਰਹੇ ਨੇ ਪਹਿਲਾਂ ਵੀ ਲੋਕ ਗਊ ਹੱਤਿਆ ਹੋ ਰਹੀ ਹੈ ਜੀ 5-6 ਵਾਰੀ ਹੋ ਰਹੀ ਹੈ ਜੀ ਗਲਤ ਗੱਲ ਹੈ ਜੀ ਲੋਕਡਾਊਨ ਦੇ ਵਿੱਚ 5-6 ਵਾਰੀ ਪਹਿਲਾਂ ਹੋਇਆ ਕੂਟੀ ਰੋਡ ਤੇ ਨਾਲੇ ਹੀ ਸਫਾਈ ਚੱਲਦੀ ਉੱਥੇ ਗਊਆਂ ਦੇ ਸ਼ਾਪ ਮਿਲੇ ਪ੍ਰਸ਼ਾਸਨ ਦਾ ਹਰ ਵਾਰ ਦਾ ਉੱਥੇ ਵੀ ਮਿਲੇ ਆਦਮਾ ਰੋਡ ਤੋਂ ਹੁੰਦੇ ਹੀ ਹੁੰਦਾ ਉਸ ਤੋਂ ਬਾਅਦ ਜੀ ਪ੍ਰਸ਼ਾਸਨ ਦਾ ਹਰ ਵਾਰ ਦਾ ਕੰਮ ਹੈ ਜੀ ਤੁਸੀਂ ਜੀ ਕਰੋ ਆਪਾਂ ਨਿਬੇੜ ਦਿੰਦੇ ਹਾਂ ਕੋਈ ਨਾ ਅਸੀਂ ਕਰਾਂਗੇ ਵੈਰੀਫਿਕੇਸ਼ਨ ਹੋਊਗੀ ਇਨਵੈਸਟੀਗੇਸ਼ਨ ਕਰਾਂਗੇ ਕੋਈ ਇਨਵੈਸਟੀਗੇਸ਼ਨ ਨਹੀਂ ਹੈਗੀ ਕੋਈ ਸਾਫ਼ ਇਨਸਾਫ਼ ਕੁਛ ਨਹੀਂ ਮਿਲ ਰਿਹਾ ਹੈਗਾ ਜਿੰਨਾ ਚਿਰ ਪ੍ਰਸ਼ਾਸਨ ਬੰਦੇ ਨਹੀਂ ਫੜਦਾ ਅਸੀਂ ਉਰੇ ਧਰਨੇ 'ਤੇ ਬੈਠੇ ਰਹਾਂਗੇ ਗਊਆਂ ਦਾ ਸ਼ਬਦ ਸਾਡਾ ਅਸੀਂ ਉਰੇ ਰੱਖਾਂਗੇ ਠੀਕ ਹੈ ਗਊ ਅਸੀਂ ਪੂਜਦੇ ਸਾਡੀ ਮਾਤਾ ਸਾਡੇ ਭਾਵਨਾਵਾਂ ਨੂੰ ਹਰ ਵਾਰ ਠੇਸ ਪਹੁੰਚਾਈ ਜਾਂਦੀ ਹੈ ਨਾ ਸਾਨੂੰ ਕੋਈ ਪੂਰਾ ਇਨਸਾਫ਼ ਮਿਲਦਾ ਨਾ ਕੁਛ ਵਾਸਤਾ ਅਸੀਂ ਪੂਰਾ ਪ੍ਰਸ਼ਾਸਨ ਦਾ ਪੂਰਜਲ ਵਿਰੋਧ ਕਰਾਂਗੇ ਧਰਨਾ ਲਾਇਆ ਉਹਦੇ ਅਗੇਂਸਟ ਅਸੀਂ ਇਹ ਬਿਆਨ ਲਿਖ ਕੇ ਇਹਨਾਂ ਦਾ ਪਰਚਾ ਦੇ ਰਹੇ ਹਾਂ ਵੀ ਪਰਚਾ ਦਿਓ ਜੋ ਵੀ ਬੰਦੇ ਸਾਨੂੰ ਇਹ 'ਚ ਨੋਮੀਨੇਟ ਹੋਣਗੇ ਜਾਂ ਪਤਾ ਲੱਗੂ ਉਹਨਾਂ ਜਲਦ ਤੋਂ ਜਲਦ ਅਰੈਸਟ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ